ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ। ਅੱਜ ਆਪਾਂ ਬਹੁਤ ਹੀ ਫਟਾਫਟ ਬਣਨ ਵਾਲੀ ਇੰਸਟੈਂਟ ਰੈਸਪੀ ਲੈ ਕੇ ਆਏ ਹਾਂ ਜੋ ਕਿ ਬਹੁਤ ਜਲਦੀ ਬਣ ਕੇ ਤਿਆਰ ਹੁੰਦੀ ਹੈ। ਅੱਜ ਆਪਾਂ ਬਣਾਵਾਂਗੇ ਜੀ ਬ੍ਰੈਡ ਪੀਜ਼ਾ। ਕਿਸੇ ਵੇਲੇ ਪੀਜ਼ਾ ਖਾਣ ਨੂੰ ਮਨ ਕਰਦਾ ਹੈ ਅਤੇ ਆਪਾਂ ਕੋਲ ਬਾਹਰ ਜਾਣ ਵਾਸਤੇ ਟਾਈਮ ਨਹੀਂ ਹੁੰਦਾ, ਤਾਂ ਚਲੋ ਜੀ ਫਿਰ ਉਹ ਆਪਾਂ ਘਰ ਹੀ ਅੱਜ ਆਪਾਂ ਬੜਾ ਸਿੰਪਲ ਬ੍ਰੈਡ ਪੀਜ਼ਾ ਬਣਾ ਕੇ ਤਿਆਰ ਕਰਦੇ ਹਾਂ। ਬ੍ਰੈਡ ਪੀਜ਼ਾ ਬਣਾਉਣ ਲਈ ਸਭ ਤੋਂ ਪਹਿਲਾਂ ਚਾਹੀਦੇ ਨੇ ਆਪਾਂ ਨੂੰ ਬ੍ਰੈਡ। ਮੈਂ ਇਹ ਵਾਲੇ 5 ਬ੍ਰੈਡ ਲਏ ਨੇ, ਤੁਸੀਂ ਕੋਈ ਵੀ ਬ੍ਰੈਡ ਯੂਜ਼ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਹੋਵੇ। ਇਸ ਟਾਈਮ 'ਤੇ ਮੇਰੇ ਕੋਲ ਇਹ ਸੀ ਅਤੇ ਇਸ ਕਰਕੇ ਮੈਂ ਇਹ ਲਏ ਨੇ। ਕਾਲੀ ਮਿਰਚ, ਚਿੱਲੀ ਫਲਿਕਸ, ਔਰਗੈਨੋਸ ਅਤੇ ਇਹ ਸਬਜ਼ੀਆਂ ਨੂੰ ਮੈਂ ਕੱਟ ਕੇ ਤਿਆਰ ਕਰ ਲਿਆ। ਅਤੇ ਸਭ ਤੋਂ ਪਹਿਲਾਂ ਆਪਾਂ ਇੱਕ ਮਿਸ਼ਰਣ ਤਿਆਰ ਕਰਦੇ ਹਾਂ। ਇਹ ਵਾਲੀਆਂ ਸਾਰੀਆਂ ਸਬਜ਼ੀਆਂ ਨੂੰ ਆਪਾਂ ਮਿਕਸ ਕਰਦੇ ਹਾਂ। ਇਹਦੇ ਵਿੱਚ ਤੁਸੀਂ ਆਪਣੀ ਪਸੰਦ ਦੀ ਕੋਈ ਵੀ ਵੈਜੀਟੇਬਲ ਪਾ ਸਕਦੇ ਹੋ। ਥੋੜ੍ਹੇ ਜਿਹੇ ਮੈਂ ਸਵੀਟ ਕੋਰਨਸ ਲਏ ਨੇ, 2 ਪਿਆਜ਼ ਇਹਨਾਂ ਨੂੰ ਮੈਂ ਇਸ ਤਰ੍ਹਾਂ ਕੱਟ ਲਿਆ ਹੈ, 1 ਛੋਟੀ ਸ਼ਿਮਲਾ ਮਿਰਚ, ਇਹਦੇ ਮੈਂ ਬੀਜ ਕੱਟਦੇ ਸੀ ਅਤੇ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਹੈ, ਨਾਲ ਹੀ ਇੱਕ ਟਮਾਟਰ, ਟਮਾਟਰ ਦੇ ਵੀ ਬੀਜ ਕੱਟਦੇ ਨੇ ਅਤੇ ਫਿਰ ਮੈਂ ਇਹਨੂੰ ਕੱਟ ਕੇ ਤਿਆਰ ਕੀਤਾ। ਹੁਣ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚਾ ਔਰਗੈਨੋ, ਅੱਧਾ ਚਮਚਾ ਚਿੱਲੀ ਫਲੇਕਸ ਅਤੇ ਬਹੁਤ ਹੀ ਥੋੜ੍ਹੀ ਜਿਹੀ ਕਾਲੀ ਮਿਰਚ। ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾਉਣਾ ਹੈ, ਕਿਉਂਕਿ ਇਹਦੇ ਵਿੱਚ ਆਪਾਂ ਚੀਜ਼ ਵੀ ਐਡ ਕਰਨਾ ਹੈ ਅਤੇ ਚੀਜ਼ 'ਚ ਵੀ ਨਮਕ ਹੁੰਦਾ, ਇਸ ਕਰਕੇ ਆਪਾਂ ਇਹਦੇ ਵਿੱਚ ਥੋੜ੍ਹਾ ਘੱਟ ਹੀ ਨਮਕ ਐਡ ਕੀਤਾ ਹੈ। ਹੁਣ ਇਹਨੂੰ ਆਪਾਂ ਮਿਕਸ ਕਰ ਲਵਾਂਗੇ। ਮਿਸ਼ਰਣ ਆਪਣਾ ਬਣ ਕੇ ਬਿਲਕੁਲ ਰੈਡੀ ਹੈ। ਤੁਸੀਂ ਚਾਹੋ ਤਾਂ ਇਹਦੇ ਵਿੱਚ ਉਬਲੇ ਹੋਏ ਆਲੂ ਵੀ ਐਡ ਕਰ ਸਕਦੇ ਹੋ, ਪਰ ਮੈਂ ਇਹਨੂੰ ਆਲੂਆਂ ਤੋਂ ਬਿਨਾਂ ਹੀ ਬਣਾ ਰਹੀ ਹਾਂ। ਹੁਣ ਆਪਾਂ ਤਿਆਰੀ ਕਰਦੇ ਹਾਂ ਜੀ ਪੀਜ਼ੇ। ਬ੍ਰੈਡ ਪੀਜ਼ਾ ਤੁਸੀਂ ਕੜਾਹੀ 'ਚ ਵੀ ਬਣਾ ਸਕਦੇ ਹੋ, ਓਵਨ 'ਚ ਵੀ ਬਣਾ ਸਕਦੇ ਹੋ ਅਤੇ ਤਵੇ 'ਤੇ ਵੀ ਬਣਾ ਸਕਦੇ ਹੋ। ਅਤੇ ਮੈਂ ਅੱਜ ਬ੍ਰੈਡ ਪੀਜ਼ਾ ਤਵੇ 'ਤੇ ਬਣਾ ਕੇ ਤਿਆਰ ਕਰਾਂਗੀ ਜੋ ਕਿ ਬਹੁਤ ਜਲਦੀ ਅਤੇ ਬੜਾ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਹੈ। ਚਲੋ ਜੀ ਫਿਰ ਚੱਲਦੇ ਹਾਂ ਬ੍ਰੈਡ ਪੀਜ਼ਾ ਬਣਾਉਣ। ਹਾਂਜੀ, ਹੁਣ ਆਪਾਂ ਕਰਦੇ ਹਾਂ ਜੀ ਬ੍ਰੈਡ ਤਿਆਰ। ਇਸ ਤਰ੍ਹਾਂ ਤੁਸੀਂ ਬ੍ਰੈਡ ਲੈ ਲੈਣੇ ਆ, ਜਿੰਨੇ ਵੀ ਤੁਸੀਂ ਪੀਜ਼ਾ ਤਿਆਰ ਕਰਨਾ ਹੋਵੇ ਬ੍ਰੈਡ ਪੀਜ਼ਾ। ਇਸ 'ਤੇ ਆਪਾਂ ਲਗਾਵਾਂਗੇ ਜੀ ਟਮੈਟੋ ਕੈਚਅਪ। ਤੁਸੀਂ ਇੱਥੇ ਪੀਜ਼ਾ ਸੌਸ ਵੀ ਲਗਾ ਸਕਦੇ ਹੋ, ਪਰ ਮੈਂ ਟਮੈਟੋ ਕੈਚਅਪ ਲਗਾ ਰਹੀ ਹਾਂ ਕਿਉਂਕਿ ਮੈਂ ਬੱਚਿਆਂ ਲਈ ਬਣਾ ਰਹੀ ਹਾਂ। ਤੁਸੀਂ ਚਾਹੋ ਤਾਂ ਫਿਲਿੰਗ ਦੇ ਵਿੱਚ ਹਰੀ ਮਿਰਚ ਵੀ ਐਡ ਕਰ ਸਕਦੇ ਹੋ ਜੇ ਤੁਹਾਨੂੰ ਥੋੜ੍ਹਾ ਤਿੱਖਾ ਖਾਣਾ ਪਸੰਦ ਹੈ। ਟਮੈਟੋ ਕੈਚਅਪ ਦੀ ਜਗ੍ਹਾ ਸੇਜ਼ਵਾਨ ਸੌਸ ਵੀ ਲਗਾ ਸਕਦੇ ਹੋ। ਆਪਾਂ ਸਾਰਿਆਂ ਬ੍ਰੈਡ 'ਤੇ ਟਮੈਟੋ ਕੈਚਅਪ ਲਗਾ ਲਈਏ ਅਤੇ ਹੁਣ ਆਪਾਂ ਇਹ ਵਾਲਿਆ ਮਿਸ਼ਰਣ ਇਹ 'ਤੇ ਲਗਾਉਂਦੇ ਹਾਂ। ਇਸ ਤਰ੍ਹਾਂ ਇਹਨੂੰ ਸਾਰੀ ਸਾਈਡ 'ਤੇ ਫੈਲਾ ਦੇਣਾ ਹੈ ਥੋੜ੍ਹਾ ਚਮਚ ਨਾਲ ਦਬਾ ਕੇ। ਇਸ ਤਰ੍ਹਾਂ ਹੀ ਆਪਾਂ ਸਾਰੇ ਬ੍ਰੈਡ ਤਿਆਰ ਕਰਦੇ ਹਾਂ। ਸਾਰੇ ਬ੍ਰੈਡ ਆਪਾਂ ਰੈਡੀ ਕਰ ਲਏ ਨੇ, ਹੁਣ ਆਪਾਂ ਇਹਦੇ 'ਤੇ ਚੀਜ਼ ਪਾਉਂਦੇ ਹਾਂ। ਚੀਜ਼ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾਓ, ਜਿੰਨਾ ਤੁਸੀਂ ਖਾਣਾ ਪਸੰਦ ਕਰਦੇ ਉਸ ਹਿਸਾਬ ਨਾਲ ਪਾ ਸਕਦੇ ਹੋ। ਇਸ ਤਰ੍ਹਾਂ ਆਪਾਂ ਥੋੜ੍ਹਾ ਥੋੜ੍ਹਾ ਚੀਜ਼ ਪਾ ਦਾਂਗੇ। ਬ੍ਰੈਡ ਆਪਣੇ ਬਿਲਕੁਲ ਰੈਡੀ ਨੇ, ਹੁਣ ਆਪਾਂ ਇਹਨਾਂ ਨੂੰ ਜੀ ਸੇਕਦੇ ਹਾਂ। ਉਹਨਾਂ ਨੂੰ ਉਨੀ ਦੇਰ ਸੇਕਣਾ ਜਿੰਨੀ ਦੇਰ ਆਪਣਾ ਚੀਜ਼ ਮੈਲਟ ਨਹੀਂ ਹੁੰਦਾ। ਬੜੀ ਜਲਦੀ ਬਣਨ ਵਾਲੀ ਰੈਸਪੀ ਹੈ, ਹਲਕੀ ਫੁਲਕੀ ਭੁੱਖ ਹੋਵੇ ਤੁਸੀਂ ਇਹਨੂੰ ਆਰਾਮ ਨਾਲ ਬਣਾ ਸਕਦੇ ਹੋ, ਫਟਾਫਟ ਬਣ ਕੇ ਤਿਆਰ ਹੁੰਦੇ ਨੇ। ਤੁਸੀਂ ਇਹਨੂੰ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ, ਕਿਸੇ ਵੀ ਟਾਈਮ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ। ਚਲੋ ਜੀ ਹੁਣ ਆਪਾਂ ਇੱਧਰ ਤਵਾ ਆਪਾਂ ਮੀਡੀਅਮ ਫਲੇਮ 'ਤੇ ਗਰਮ ਰੱਖਿਆ ਹੈ, ਇਹ 'ਤੇ ਆਪਾਂ ਬਿਲਕੁਲ ਥੋੜ੍ਹਾ ਜਿਹਾ ਬਟਰ ਪਾਵਾਂਗੇ। ਬੜੇ ਆਰਾਮ ਨਾਲ ਆਪਾਂ
ਬ੍ਰੈਡ ਸਲਾਈਸ ਇਹਦੇ ਉੱਪਰ ਰੱਖਾਂਗੇ, ਜਿੰਨੀ ਤਵੇ 'ਤੇ ਆਪਣੇ ਆਰਾਮ ਨਾਲ ਆ ਜਾਏਗੀ ਉਸ ਹਿਸਾਬ ਨਾਲ ਆਪਾਂ ਇਹਨੂੰ ਰੱਖਾਂਗੇ। ਇਹਦੇ 'ਤੇ ਆਪਣੀਆਂ 3 ਸਲਾਈਸ ਆਉਣੀਆਂ ਨੇ। ਆਪਾਂ ਇਹਨੂੰ ਮੀਡੀਅਮ ਫਲੇਮ 'ਤੇ 7-8 ਮਿੰਟ ਸੇਕਾਂਗੇ, ਉੱਪਰੋਂ ਇਹਨੂੰ ਢੱਕਣ ਦੇ ਨਾਲ ਕਵਰ ਕਰ ਦਾਂਗੇ। ਲਓ ਜੀ 5-6 ਮਿੰਟ ਹੋ ਗਏ ਨੇ, ਆਹ ਦੇਖੋ ਸਬਜ਼ੀਆਂ ਵੀ ਆਪਣੀਆਂ ਪੱਕ ਗਈਆਂ ਨੇ, ਚੀਜ਼ ਬਿਲਕੁਲ ਮੈਲਟ ਹੋ ਗਿਆ ਅਤੇ ਆਪਣਾ ਬ੍ਰੈਡ ਪੀਜ਼ਾ ਬਣ ਕੇ ਬਿਲਕੁਲ ਰੈਡੀ ਹੈ। ਹੁਣ ਆਪਾਂ ਇਹਨੂੰ ਇੱਕ ਪਲੇਟ ਵਿੱਚ ਕੱਢਦੇ ਹਾਂ। ਬਹੁਤ ਹੀ ਕ੍ਰਿਸਪੀ ਬਣਿਆ ਹੈ, ਖੁਸ਼ਬੂ ਬਹੁਤ ਸੋਹਣੀ ਆਉਣ ਡਈ ਹੈ। ਹੁਣ ਆਪਾਂ ਇਹ ਵਾਲੇ ਬ੍ਰੈਡ ਵੀ ਆਪਾਂ ਤਵੇ 'ਤੇ ਪਾ ਕੇ ਇਹਨਾਂ ਨੂੰ ਵੀ ਆਪਾਂ ਸੇਕ ਲਵਾਂਗੇ। ਲਓ ਜੀ ਆਪਣਾ ਬਹੁਤ ਹੀ ਟੇਸਟੀ ਬ੍ਰੈਡ ਪੀਜ਼ਾ ਬਣ ਕੇ ਬਿਲਕੁਲ ਰੈਡੀ ਹੈ, ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ। ਹੁਣ ਕਰਦੇ ਹਾਂ ਜੀ ਇਹਨੂੰ ਆਪਾਂ ਸਰਵ। ਥੋੜ੍ਹੇ ਜਿਹੇ ਤੇ ਆਪਾਂ ਪਾਵਾਂਗੇ ਓਰਗੈਨੋਸ, ਥੋੜ੍ਹੀ ਜਿਹੀ ਚਿੱਲੀ ਫਲੈਕਸ, ਅਤੇ ਬਿਲਕੁਲ ਹਲਕੀ ਜਿਹੀ ਕਾਲੀ ਮਿਰਚ। ਲਓ ਜੀ ਆਪਣਾ ਬ੍ਰੈਡ ਪੀਜ਼ਾ ਬਣ ਕੇ ਬਿਲਕੁਲ ਤਿਆਰ ਹੈ, ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਅਤੇ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ। ਫਟਾਫਟ ਬਣ ਕੇ ਤਿਆਰ ਹੋਇਆ ਹੈ, ਸਿਰਫ ਥੋੜ੍ਹਾ ਜਿਹਾ ਟਾਈਮ ਲੱਗਾ ਕਿ ਸਬਜ਼ੀਆਂ ਨੂੰ ਕਟਿੰਗ ਕਰਨ ਵਿੱਚ, ਬਾਕੀ ਇਹਨੂੰ ਬਣਾਉਣ ਨੂੰ ਬੜਾ ਹੀ ਘੱਟ ਟਾਈਮ ਲੱਗਾ ਹੈ। ਬੜੀ ਈਜ਼ੀ ਰੈਸਪੀ ਹੈ ਅਤੇ ਬੜੀ ਜਲਦੀ ਬਣ ਕੇ ਤਿਆਰ ਹੁੰਦੀ ਹੈ, ਅਤੇ ਤੁਸੀਂ ਇਹਨੂੰ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ, ਕਿਉਂਕਿ ਜੇ ਬੱਚਿਆਂ ਨੂੰ ਬਣਾ ਕੇ ਦੇਣਾ ਫਿਰ ਤੁਸੀਂ ਇਹਦੇ ਵਿੱਚ ਹਰੀ ਮਿਰਚ ਨਾ ਪਾਓ। ਜੇ ਤੁਸੀਂ ਕੁਛ ਤਿੱਖਾ ਖਾਣਾ ਪਸੰਦ ਕਰਦੇ ਤਾਂ ਤੁਸੀਂ ਇਹਦੇ ਵਿੱਚ ਹਰੀ ਮਿਰਚ ਪਾ ਸਕਦੇ ਹੋ। ਇਹ ਸੀ ਮੇਰੀ ਬੜੀ ਹੀ ਸਿੰਪਲ ਜੀ ਬ੍ਰੈਡ ਪੀਜ਼ੇ ਦੀ ਰੈਸਪੀ। ਤੁਸੀਂ ਮੈਨੂੰ ਆਪਣੇ ਘਰ ਟਰਾਈ ਬਣਾ ਕੇ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਕਰਕੇ ਦੱਸੋ ਕਿ ਤੁਹਾਡਾ ਬ੍ਰੈਡ ਪੀਜ਼ਾ ਕਿਵੇਂ ਦਾ ਬਣਿਆ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ।